मेरे वल्लों सारे किसान वीरां नूं सति श्री अकाल जी। सो वो चीज़ां दी आपां नूं विच नरमे दे वाधे विच समस्या आउंदी है। सो जिहड़ा नरमे दे वाधे नूं रोकण वास्ते एतकी बहुत इंपोर्टेंट है जिहड़ी सिफारिश है यूनिवर्सिटी की। यह सिफारिश जिहड़ी कीती होई है तकरीबन 3 साल पहलां कीती सीगी चमत्कार दी। सो वो किसानां ने बहुत घट किसानां ने अपनाई है, क्योंकि ਉਹੀ ਗੱਲ ਕਿ ਆਪਾਂ ਨੂੰ ਸੋਚ ਐਂ ਹੁੰਦੀ ਹੈ ਕਿ ਜਦ ਤੱਕ 7 7.5 ਫੁੱਟ 8 ਫੁੱਟ ਦਾ ਕੱਦ ਨਾ ਹੋਵੇ ਨਰਮੇ ਦਾ ਚੰਗਾ ਨਹੀਂ ਲੱਗਦਾ। ਕਈ ਵਾਰੀ ਨਰਮਾ ਕੱਚਾ ਰੱਖਣਾ ਨਰਮੇ ਇਹਨਾਂ ਨੂੰ ਜ਼ਿਆਦਾ ਪਸੰਦ ਆ ਆਪਾਂ ਨੂੰ। ਸੋ ਜੇ ਉਹ ਨਰਮਾ ਜਿਹੜਾ ਆਪਾਂ ਕੱਚਾ ਰੱਖਦੇ ਹਾਂ ਤਾਂ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਸਾਹਮਣੀਆਂ ਕਰਨੀਆਂ ਪੈਂਦੀਆਂ। ਬਟ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਚਮਤਕਾਰ ਦੀ ਸਿਫਾਰਿਸ਼ ਦੀ, ਉਹ ਇਸ ਵਾਸਤੇ ਕੀਤੀ ਗਈ ਸੀ ਕਿ ਜਿਹੜੀਆਂ ਭਾਰੀਆਂ ਜ਼ਮੀਨਾਂ 'ਚ ਨਰਮਾ ਵਾਧੇ ਦੇ ਵਿੱਚ ਪੈ ਜਾਂਦਾ ਹੈ ਜਾਂ ਕਿਸੇ ਨੇ ਥੋੜ੍ਹਾ ਸੰਘਣਾ ਬੀਜਿਆ ਨਰਮਾ ਵਾਧੇ ਦੇ ਵਿੱਚ ਪੈ ਜਾਂਦਾ, ਸੋ ਉਹਦੇ ਕੱਦ ਨੂੰ ਕਾਬੂ ਆਪਾਂ ਜੇ ਟਾਈਮ ਨਾਲ ਕਰ ਲਈਏ, ਸੋ ਉਹਨੂੰ ਇਹ ਦਿਖਾ ਦਈਏ ਕਿ ਕੱਦ ਰੋਕਣ ਦਾ ਟਾਈਮ ਹੈ, ਉਹ ਆਪਣੇ ਆਪ ਫੁੱਲ ਫਲਾਕੇ ਵਾਲੇ ਪਾਸੇ ਨੂੰ ਭੇਜਣ ਲੱਗ ਜਾਂਦਾ ਆਪਦਾ ਸਾਰਾ ਨਿਊਟ੍ਰੀਸ਼ਨ। ਸੋ ਉਹਦੇ ਨਾਲ ਜਿਹੜਾ ਟਿੰਡੇ ਆ ਜਿਹੜੇ ਉਹ ਜਾਂ ਫੁੱਲ ਫਲਾਕਾ ਉਹ ਝੜਨਾ ਬੰਦ ਹੋ ਜਾਂਦਾ, ਉਹਦੇ ਉੱਤੇ ਟਿਕਿਆ ਰਹਿ ਜਾਂਦਾ। ਸੋ ਉਹਦੇ ਨਾਲ ਜਿਹੜੇ ਹੈ ਟਿੰਡੇ ਅਗੇਤੇ ਅਤੇ ਮੋਟੇ ਤਿਆਰ ਹੁੰਦੇ ਆ ਉਹਦੇ 'ਚ ਨਰਮੇ ਦੇ ਵਿੱਚ। ਸੋ ਇਸ ਕਰਕੇ ਏਤਕੀ ਕਿਉਂ ਇੰਪੋਰਟੈਂਟ ਹੈ ਇਹ ਸਿਫਾਰਿਸ਼, ਪਹਿਲੇ 2-3 ਸਾਲ ਚਲੋ ਆਪਾਂ ਨਹੀਂ ਗੌਰ ਕੀਤਾ ਤਾਂ ਨਾ ਸੀ, ਪਰ ਏਤਕੀ ਆਪਣੇ ਯਾਦ ਹੋਣਾ ਕਿ ਆਪਾਂ ਜਦੋਂ ਕਪਾਹ ਦੇ ਵਿੱਚ ਜਾਂ ਨਰਮੇ ਦੇ ਵਿੱਚ ਸਪਰੇਆਂ ਦਾ ਟਾਈਮ ਹੁੰਦਾ ਸੀਗਾ ਪਹਿਲਾਂ 1990-95 ਦੇ ਦਹਾਕਿਆਂ ਦੇ ਵਿੱਚ, ਸੋ ਉਸ ਟਾਈਮ ਦੇ ਉੱਤੇ ਇਹ ਜ਼ਰੂਰ ਆਪਾਂ ਸੋਚਦੇ ਹੁੰਦੇ ਸੀਗੇ ਕਿ ਇਹਦਾ ਕੱਦ ਜ਼ਿਆਦਾ ਉੱਚਾ ਹੋਏਗਾ ਤਾਂ ਸਪਰੇਆਂ ਇਫੈਕਟਿਵ ਨਹੀਂ ਹੁੰਦੀਆਂ। ਜਿੰਨਾ ਉੱਚਾ ਕੱਦ ਹੋ ਜਾਏਗਾ, ਕਪਾਹ ਨੂੰ ਆਪਾਂ ਉੱਤੋਂ ਤੋੜਦੇ ਵੀ ਹੁੰਦੇ ਸੀ, ਨਰਮੇ ਦੇ ਵਿੱਚ ਵੀ ਕਈ ਕਿਸਾਨ ਵੀਰ ਉੱਪਰੋਂ ਮੁੱਛ ਜਾਂਦੇ ਆ ਨਰਮੇ ਨੂੰ। ਸੋ ਉਹ ਵੀ ਢੰਗ ਤਰੀਕਾ ਇੱਕ ਹੈਗਾ, ਪਰ ਉਹਦੇ ਨਾਲੋਂ ਬੈਟਰ ਹੈ ਕਿ ਜੇ ਆਪਾਂ ਇਹਨੂੰ ਸਹੀ ਟਾਈਮ ਦੇ ਉੱਤੇ ਰੋਕ ਕੇ ਅਤੇ ਆਪਾਂ ਇਹਦਾ ਜਿਹੜਾ ਫੁੱਲ ਫਲਾਕੇ ਵਾਲੇ ਪਾਸੇ ਇਹਦਾ ਨਿਊਟ੍ਰੀਸ਼ਨ ਸਾਰਾ ਭੇਜ ਦਈਏ। ਸੋ ਉਹਦੇ ਨਾਲ ਕੱਦ ਜੇ ਇਹਦਾ ਛੋਟਾ ਰਹੇਗਾ ਤਾਂ ਆਪਾਂ ਨੂੰ ਸਪਰੇਆਂ, ਜਿਹੜੀ ਮੈਂ ਕਹਿ ਰਿਹਾ ਨਾ ਗੁਲਾਬੀ ਸੁੰਡੀ ਵਾਸਤੇ, ਪਹਿਲਾਂ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ। ਸੋ ਸਪਰੇਆਂ ਕਰਨੀਆਂ ਜਿਹੜੀਆਂ ਉਹ ਸਾਰੀਆਂ ਐਫੀਸ਼ੀਐਂਟ ਹੋਣਗੀਆਂ ਸਪਰੇਆਂ ਉਹਦੇ ਉੱਤੇ। ਸੋ ਉਹਨੂੰ ਮੈਨੇਜ ਕਰਨਾ ਬਹੁਤ ਸੌਖਾ ਹੋ ਜਾਂਦਾ ਜੇ ਪਾੜਾ ਵੱਡਾ, ਨਰਮੇ ਦਾ ਕੱਦ ਛੋਟਾ। ਸਪਰੇ ਜਿਹੜੀ ਵੀ ਕਰਾਂਗੇ, ਚਾਹੇ ਉਹ ਹਰੇ ਤੇਲੇ ਦੀ ਕਰੀਏ, ਚਾਹੇ ਚਿੱਟੇ ਮੱਛਰ ਦੀ ਕਰੀਏ, ਚਾਹੇ ਸੁੰਡੀ ਦੀ ਕਰੀਏ, ਉਹ ਸਾਰੀਆਂ ਸਪਰੇਆਂ ਦੀ ਐਫੀਸ਼ੀਐਂਸੀ 85-90% ਤੱਕ ਆਉਂਦੀ ਹੈ। ਸੋ ਜੇ ਇਹ ਸਮੱਸਿਆ ਹੋਣ ਕਿ ਨਰਮਾ ਬਹੁਤ ਵਧਿਆ ਹੋਇਆ, ਫਿਰ ਆਪਾਂ ਨੂੰ ਹੋ ਸਕਦਾ ਹਰ ਹਫ਼ਤੇ ਹੀ ਢੋਲਕੀ ਚੱਕਣੀ ਪੈ ਜਾਵੇ। ਸੋ ਇਸ ਕਰਕੇ ਇਹ ਜਿਹੜੀ ਸਿਫਾਰਿਸ਼ ਹੈ ਚਮਤਕਾਰ ਦੀ, ਇਹ ਐਤਕੀ ਆਪਾਂ ਜ਼ਰੂਰ ਖੇਤ ਦੇ ਵਿੱਚ, ਉਹਨਾਂ ਖੇਤਾਂ ਵਿੱਚ ਹੀ, ਫਿਰ ਮੈਂ ਉਹੀ ਕਹੂੰਗਾ, ਉਹਨਾਂ ਖੇਤਾਂ ਵਿੱਚ ਹੀ ਜਿੱਥੇ ਨਰਮਾ ਵਾਧੇ 'ਚ ਪੈਂਦਾ। ਜੇ ਆਪਾਂ ਨੂੰ ਲੱਗਦਾ ਆਪਣੇ ਖੇਤ ਦੇ ਵਿੱਚ ਆਪਾਂ ਜਿਹੜੀ ਖੁਰਾਕ ਪਾਣੀ ਦਿੰਦੇ ਹਾਂ, ਪਿਛਲੇ ਸਾਲਾਂ ਦੇ ਵਿੱਚ ਵੀ ਆਪਾਂ ਰੋਜ਼ ਦੇਖਦੇ ਹਾਂ ਕਿ ਹਰ ਸਾਲ ਦੇਖਦੇ ਹਾਂ 7 7.5 8 ਫੁੱਟ ਨਰਮਾ ਹੋ ਜਾਂਦਾ। ਸੋ ਉਹਨਾਂ ਖੇਤਾਂ ਦੇ ਵਿੱਚ ਤਾਂ ਆਪਾਂ 60-65 ਦਿਨਾਂ ਦੇ ਉੱਤੇ, ਜਦੋਂ ਫੁੱਲ ਫਲਾਕੇ ਆਉਣ ਤੋਂ ਪਹਿਲਾਂ ਜਸਟ ਕਹਿ ਲਓ, ਸੋ ਉਸ ਟਾਈਮ ਦੇ ਉੱਤੇ ਆਪਾਂ ਇੱਕ ਸਪਰੇ ਚਮਤਕਾਰ ਦੀ ਆਪਾਂ ਕਰ ਦੇਣੀ ਹੈ, 300 ml ਚਮਤਕਾਰ ਦੀ ਸਪਰੇ 1 ਏਕੜ ਦੇ ਹਿਸਾਬ ਨਾਲ। ਸੋ ਉਸ ਤੋਂ ਬਾਅਦ 15-20 ਦਿਨਾਂ ਬਾਅਦ ਆਪਾਂ ਫਿਰ ਦੇਖਣਾ। ਸੋ ਦੂਜਾ ਜਿਹੜਾ ਤਰੀਕਾ ਇਹਨੂੰ ਜੱਜ ਕਰਨ ਦਾ, ਉਹ ਸਾਇੰਟੀਫਿਕ ਵੱਖਰਾ ਹੈ। ਇਹ ਤਾਂ ਹੋ ਗਿਆ 60-65 ਦਿਨਾਂ 'ਤੇ, ਵੈਸੇ ਯੂਨੀਵਰਸਿਟੀ ਨੇ ਸਿਫਾਰਿਸ਼ ਕਰਤੀ ਬਲੈਂਕਟ, ਜਿੱਥੇ ਤੁਹਾਨੂੰ ਪਤਾ ਕਿ ਹਰ ਸਾਲ ਨਰਮਾ ਵਾਧੇ 'ਚ ਪੈਂਦਾ ਵੀ ਹੈ। ਸੋ ਕਈ ਵਾਰੀ ਕੀ ਹੈ ਕਿ ਹਾਲਾਤ ਕੁਛ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਊਂ ਪਿਛਲੇ ਸਾਲਾਂ ਦੇ ਵਿੱਚ ਭਾਵੇਂ ਉੱਥੇ ਸੋਕਾ ਰਹਿੰਦਾ ਹੋਵੇ ਜ਼ਮੀਨ 'ਚ, ਏਤਕੀ ਆਪਾਂ ਚੰਗਾ ਖਾਦ ਪਾਣੀ ਪਾਤਾ ਅਤੇ ਏਤਕੀ ਵਾਧੇ 'ਚ ਪੈ ਜਾਵੇ। ਸੋ ਇਹਨੂੰ ਜਿਹੜਾ ਮੌਕੇ ਦੇ ਮੌਕੇ ਵੀ ਵਾਧੇ 'ਚ ਦੇਖਣਾ ਕਿਵੇਂ ਹੈ, ਉਹ ਇਹ ਹੈ ਕਿ ਉੱਪਰੋਂ ਜਿਹੜੀ 4th-5th ਗੰਢ ਹੁੰਦੀ ਹੈ ਨਰਮੇ ਦੀ, ਜਦੋਂ 45-50 ਦਿਨਾਂ ਦਾ 60 ਦਿਨਾਂ ਦਾ ਨਰਮਾ ਹੋ ਗਿਆ, ਉਸ ਟਾਈਮ ਦੇ ਉੱਤੇ ਦੇਖਾਂਗੇ ਆਪਾਂ ਉੱਪਰਲੀ ਜਿਹੜੀ 4th-5th ਗੰਢ ਹੈ, ਉਹਦੇ ਵਿੱਚ ਆਪਣੀਆਂ ਉਂਗਲਾਂ ਰੱਖ ਕੇ ਦੇਖਿਓ ਵੀ ਆ 4 ਉਂਗਲਾਂ ਪੂਰੀਆਂ ਤਾਂ ਨਹੀਂ ਆਉਂਦੀਆਂ ਪਈਆਂ। ਜੇ 4 ਉਂਗਲਾਂ ਤੋਂ ਵੱਧ ਦਾ ਫਾਸਲਾ ਹੈ, ਇਹਦਾ ਮਤਲਬ ਨਰਮਾ ਵਾਧੇ 'ਚ ਹੈ। ਫਿਰ ਆਪਾਂ ਇੱਕ ਮੈਪੀਕੁਐਟ ਦੀ ਜਿਹੜੀ ਹੈ 300 ml ਵੀ ਕਰ ਸਕਦੇ ਹੋ, 200 ml ਵੀ ਕਰ ਸਕਦੇ ਹੋ, ਕਿਉਂਕਿ ਜਿੰਨੀ ਅਗੇਤੀ ਸਟੇਜ 'ਤੇ ਕਰਦੇ ਹੈ, ਸਾਡੀ ਸਿਫਾਰਿਸ਼ ਹੈਗੀ ਹੈ 60-65 ਦਿਨਾਂ 'ਤੇ। ਮੰਨ ਲਓ ਆਪਾਂ ਨੂੰ ਲੱਗਦਾ ਪਹਿਲਾਂ ਹੀ ਇਹ ਤਾਂ ਵਾਧੇ ਦੇ ਵਿੱਚ ਬਹੁਤ ਜ਼ਿਆਦਾ ਦਿਖੀ ਜਾਂਦਾ ਕਿ ਇੰਨਾ ਕੱਦ ਲੈਣਾ ਨਹੀਂ ਚਾਹੀਦਾ ਸੀ, ਨਰਮੇ ਨੇ ਲੈ ਲਿਆ, ਜਾਂ ਪਹਿਲਾਂ ਫੁੱਲ ਗੁੱਡੀ ਉਹ ਝਾੜੀ ਹੈ ਤਾਂ ਵਾਧੇ 'ਚ ਪੈਂਦਾ ਪਿਆ। ਸੋ ਉਹਨੂੰ ਆਪਾਂ ਰੋਕਣ ਵਾਸਤੇ ਆਪਾਂ ਜਦੋਂ 4th-5th ਗੰਢ ਦੇ ਵਿੱਚ 4 ਉਂਗਲਾਂ ਤੋਂ ਵੱਧ ਦਾ ਫਾਸਲਾ ਨਜ਼ਰ ਆਉਂਦਾ, ਤਾਂ ਆਪਾਂ ਉਹਦੇ 'ਤੇ ਮੈਪੀਕੁਐਟ ਦੀ ਇੱਕ ਸਪਰੇ ਕਰ ਦਈਏ। ਉਸ ਤੋਂ ਬਾਅਦ 15 ਕੁ ਦਿਨਾਂ ਬਾਅਦ ਫਿਰ ਇੱਕ ਵਾਰੀ ਦੇਖ ਲਾਂਗੇ ਆਪਾਂ, ਕੋਈ 10-15 ਬੂਟਿਆਂ ਨੂੰ ਦੇਖਣਾ ਆਪਾਂ, ਮੋਟਾ ਜਿਹਾ ਨਿਗਾਹ ਮਾਰਨੀ ਹੈ। ਸੋ ਉਹਦੇ ਤੋਂ ਆਪਾਂ ਨੂੰ
वाधे का पता लग जूगा कि उपरला एरिया जिहड़ा उह वाधे च है, क्योंकि उपरलियां नोट्स तो ही पता लगना है। थल्ले हो सकदा बहुत नेड़े नेड़े होण गंढां जिहड़ियां जिथों ब्रांचिज़ निकलदियां सारियां। सो उपरलियां नोट्स तो वाधे का पता लगता कि वाधे दे विच है कि नहीं है। सो उत्थों आपां जज करके इहदी मैपीक्वैड दियां तीन स्प्रेयां भी कर सकते हैं, 200-200 ml दियां, जे आपां नूं लगता है कि भी आने वाले टाइम दे विच किते खुशकी करके फिर ना रुक जे कद तो 200-200 ml भी कर सकते हो, तीन स्प्रेयां कोई दिक्कत नहीं है। तो जे आपां नूं लगता अपने खेत दे विच पानी की कोई समस्या नहीं है, खाद की कोई समस्या नहीं है, फिर 300-300 ml दियां दो स्प्रेयां, ताकि स्प्रेयां की गिनती ना वधे। जे आपां डरदे हैं तो फिर आपां 200 ml तो भी शुरू कर सकते हैं, पर आपां जे नरमे नूं वाधे च लै गए तो आपां नूं थोड़ा जिहा दूजियां स्प्रेयां ते खर्चा वध करना पैजू। इस करके इस चीज़ नूं आपां ध्यान च रखना है कि ऐतकी जिहड़ा नरमे का कद आपां 5.5 वध तो वध 6 फुट होवे, इस तो ज़्यादा वधन नहीं देना, क्योंकि जदों एक बारी स्प्रे कर भी देने ना चमत्कार दी, इदां नहीं भी उत्थे ही खड़ जूगा। यह ना सोचो भी 3-3.5 फुट का नरमा है तो इत्थे ही रुक जाना है। सो उस तो बाद भी वह वधदा रहेगा। फर्क की रहिंदा है कि जिहड़ियां गंढ तो गंढ का जिहड़ा फासला है उहदा उह घट जांदा है, टिंडे नेड़े नेड़े लगनगे, बूटा जिहड़ा उह कंपैक्ट छतरी बनाऊगा, एक ऐ खिलरवां वाला नहीं होगा। टिंडे उस तरह लड़ी च लगनगे पर नेड़े नेड़े लगनगे, जिवें दूर दूर टिंडे दिखते हैं ना आपां नूं लड़ी दे विच, उह नहीं होणगे, टिंडे नेड़े हो जाणगे, क्योंकि उहने सारे पासिओं एक्ट करना है। जदों आपां सिर्फ टूसा तोड़दे हैं उह की हुंदा कि कोई ना कोई उहदी दूजी मोनोपोड ब्रांच हुंदी है ना, उह वाधे वाले पासे नूं नरमे नूं लै जांदी है, उहने उस तरह का स्ट्रक्चर नहीं बनाना, उहनूं मदरा नहीं करना एक तरह का। हाँ, उपर नूं ग्रोथ जरूर रुक जूगी, पर साइडां नूं जिहड़ियां टाहणी है या उहदी कोई होर मोनोपोड ब्रांच है जिहड़ी वाधे च पै सकदी है, फिर उह वी आपां नूं उहदा वी टूसा तोड़ना पएगा। सो उह चीज़ां दा आपां नूं ख्याल करना पैंदा, नहीं तां आपां जिहड़ी चमत्कार दी स्प्रे दसी है इह आपां करके इहनूं सैट कर सकदे हां।